ਬਟਾਲਾ ਵਿਖੇ ਗੁਰਦਿਆਲ ਸਿੰਘ ਰੰਧਾਵਾ ਦੀ ਪਹਿਲੀ ਬਰਸੀ ਤੇ ਸਮਾਗਮ ਰਾਜਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਮੁੱਖ ਮਹਿਮਾਨ ਸਨ। ਇਸ ਮੌਕੇ ਤੇ ਸ਼ਹੀਦ ਪਰਿਵਾਰਾਂ ਨੂੰ 51,000 ਰੁਪਏ ਦੇ ਚੈੱਕ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਮਾਸਟਰ ਸਲੀਮ, ਟੀਆਰ ਡੋਗਰਾ ਸਮੇਤ ਕਈ ਲੋਕ ਮੌਜੂਦ ਸਨ। ਸਰਦਾਰ ਗੁਰਦਿਆਲ ਸਿੰਘ ਜੀ ਰੰਧਾਵਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸੇਵਾ ਦੇ ਵਿੱਚ ਗੁਜ਼ਾਰਿਆ, ਹਰ ਦੁਖੀ ਦੀ, ਹਰ ਆਪਣੇ ਸਮਾਜ ਦੀ, ਜਿਹੜੇ ਪਿੰਡ ਚੋਂ ਰਹਿੰਦੇ ਸਨ ਉੱਥੇ ਹਮੇਸ਼ਾ ਸੇਵਾ 'ਚ ਰਹੇ। ਇਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ, ਜੋ ਜੋ ਕੁਰਬਾਨੀਆਂ ਕਰਦੇ ਨੇ, ਇਹ ਜਦੋਂ ਘਰੋਂ ਜਵਾਨ ਨਿਕਲਦੇ ਨੇ, ਮੌਤ ਦਾ ਕਫਨ ਬੰਨ ਕੇ ਨਿਕਲਦੇ ਨੇ, ਜਰਾ ਸੋਚ ਕੇ ਦੇਖੋ ਇਹਨਾਂ ਲਈ ਅਸੀਂ ਕੀ ਕਰਦੇ ਹਾਂ, ਇਹਨਾਂ ਦੇ ਪਰਿਵਾਰਾਂ ਬੱਚਿਆਂ ਨੂੰ ਕੌਣ ਦੇਖੇਗਾ।